ਦੀਪ ਭੁੱਲਰ ਜੀ ਉਹਨਾਂ ਵੱਲੋਂ 2100 ਰੁਪਇਆ ਰਣਜੀਤ ਕੁਮਾਰ ਸਾਨੂੰ ਭੋਲਾ 2000 ਰੁਪਇਆ ਆਇਆ ਅਜੀਤ ਸਿੰਘ ਸੰਘਾ ਜਿਹਨਾਂ ਵੱਲੋਂ 2000 ਰੁਪਇਆ ਆਇਆ ਚੰਦਨ ਕਾਲੀ 1300 ਰੁਪਇਆ ਆਇਆ ਚੰਨੀ ਸਾਨੋ ਦੀਪਾ 1100 ਰੁਪਇਆ ਦੀਪਾ ਸਾਨੋ ਮੱਖਣ 1100 ਰੁਪਇਆ ਡਾਕਟਰ ਦਵਿੰਦਰ ਜਿਹਨਾਂ ਵੱਲੋਂ 1100 ਰੁਪਇਆ ਸੌਰਵ ਦੁਬਈ 1100 ਜਸਪਾਲ ਕੌਰ ਜਸਪਾਲ ਕੌਰ ਜਸਪਾਲ ਕੌਰ ਜਿਹਨਾਂ ਵੱਲੋਂ 1100 ਰੁਪਇਆ ਔਰ ਸਰਬਜੀਤ ਕੌਰ ਅੱਛਾ ਸਰਬਜੀਤ ਸਿਸਟਰ ਜਿਹਨਾਂ ਵੱਲੋਂ 1100 ਰੁਪਇਆ ਅਮਨਦੀਪ ਬਠਲਾ ਜਿਹਨਾਂ ਵੱਲੋਂ 1100 ਰੁਪਇਆ ਦੀਪ ਬਠਲਾ ਜਿਹਨਾਂ ਵੱਲੋਂ 1100 ਰੁਪਇਆ ਸੁਰਜੀਤ ਸਿੰਘ ਸ਼ੇਰੀ ਜਿਹਨਾਂ ਵੱਲੋਂ 1100 ਰੁਪਇਆ ਤਰਲੋਚਨ ਸਿੰਘ ਸਿੰਘਾ ਜਿਹਨਾਂ ਵੱਲੋਂ 1100 ਰੁਪਇਆ ਮਲਕੀਤ ਸਿੰਘ ਹੇਰ ਜਿਹਨਾਂ ਵੱਲੋਂ 1100 ਰੁਪਇਆ ਅਸ਼ੋਕ ਜਿਹਨਾਂ ਵੱਲੋਂ 1100 ਕਰਨ ਰਸੂਲਪੁਰੀ ਜਿਹਨਾਂ ਵੱਲੋਂ 1100 ਰੁਪਇਆ ਸਨੀ ਭਲਵਾਨ ਜਿਹਨਾਂ ਵੱਲੋਂ 1100 ਰੁਪਇਆ ਸੁਖਵਿੰਦਰ ਤੇਜੀ 1100 ਗੁਰਵਿੰਦਰ ਸਿੰਘ ਸੰਘਾ 1100 ਆਕਾਸ਼ ਕਾਕਾ 1100 ਅੱਛਾ ਆਕਾਸ਼ ਕਾਸ਼ਾ ਜਿਹਨਾਂ ਵੱਲੋਂ 1100 ਰੁਪਇਆ ਸਾਡੇ ਇਸ ਨਗਰ ਦਾ ਢੋਲਕ ਤਬਲਾ ਪਲੇਅਰ ਉਹਨਾਂ ਵੱਲੋਂ 1100 ਰੁਪਇਆ ਧਰਮਪਾਲ ਸਾਨੋ ਧਰਮਪਾਲ ਜਰਮਨ ਵਾਲੇ ਉਹਨਾਂ ਵੱਲੋਂ 1100 ਰੁਪਇਆ ਔਰ ਰਾਜੂ ਸਾਨੋ ਸਰਦਾਰਾ ਰਾਮ ਜਿਹਨਾਂ ਵੱਲੋਂ 1000 ਰੁਪਇਆ ਸਨੀ ਸਾਨੋ ਸ਼ੋਕੀ ਅੱਛਾ ਸਨੀ ਸਾਨੋ ਸ਼ੌਂਕੀ ਜਿਹਨਾਂ ਵੱਲੋਂ 1000 ਰੁਪਇਆ ਪਰਸ਼ੁਰਾਮ ਜਿਹਨਾਂ ਵੱਲੋਂ 1000 ਰੁਪਇਆ ਦੀਪਾ ਮਾਸਟਰ ਸਾਨੋ ਨਸੀਬ ਚੰਦ 2100 ਰੁਪਇਆ ਇਹ ਸਾਡੇ ਦਾਨੀ ਵੀਰਾਂ ਦੇ ਵੱਲੋਂ ਜਿਹੜਾ ਸਾਨੂੰ ਮਾਨ ਸਤਿਕਾਰ ਹੋਇਆ ਅਸੀਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਿੱਲਾ ਭਾਜੀ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਰਿਆਂ ਦਾ ਤਹਿ ਦਿਲ ਸ਼ੁਕਰਗੁਜ਼ਾਰ ਕਰਦੇ ਹਾਂ ਜਿਹਨਾਂ ਨੇ ਬਹੁਤ ਵੱਧ ਚੜ੍ਹ ਕੇ ਦਾਤਾ ਦੇ ਦਰਬਾਰ ਵਿੱਚ ਹਿੱਸਾ ਪਾਇਆ ਕਿਉਂਕਿ ਇਹ ਜਿਹੜੇ ਪੈਸੇ ਆਏ ਨੇ ਦਰਬਾਰ ਬਾਬਾ ਜੀ ਜਾਣਦੇ ਨੇ ਉਹਨਾਂ ਦੇ ਕਿੰਨੇ ਕੰਮ ਸਵਾਰ ਹੋਣੇ ਨੇ ਔਰ ਮੈਂ ਬੇਨਤੀ ਕਰਦਾ ਕਿ ਅਗਲੀ ਵਾਰ ਤੋਂ ਫਿਰ ਸਾਡੇ ਵੀਰ ਇਸ ਤੋਂ ਜ਼ਿਆਦਾ ਵੀ ਵੱਧ ਚੜ੍ਹ ਕੇ ਇਸ ਦਰਬਾਰ ਦੀ ਸੇਵਾ ਕਰਨਗੇ ਕਿਉਂਕਿ ਦਰਬਾਰ ਦਾ ਕੰਮ ਕਾਫੀ ਰੁਕਿਆ ਹੋਇਆ ਉਹ ਦਰਬਾਰ ਵੀ ਆਪਾਂ ਬਣਾਉਣਾ ਤੇ ਟਾਇਲ ਵੀ ਲੱਗਣੀ ਹੈ ਤੇ ਗੱਲ ਹੋ ਚੁੱਕੀ ਕਿ ਇੰਟਰਲੋਕ ਵੀ ਦਰਬਾਰ ਤੇ ਲੱਗਣੀ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਟੈਂਟਾਂ ਨੂੰ ਮੇਰੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਬੜੀ ਮਿਹਰਬਾਨੀ ਹੋਵੇਗੀ ਮੱਟੂ ਟੈਂਟ ਹਾਊਸ ਜੇ ਮੇਰੀ ਆਵਾਜ਼ ਨੂੰ ਸੁਣਦੇ ਆ ਲਾਗੇ ਆ ਜਾਣ ਜੀ ਨਾਲ ਦੇ ਨਾਲ ਨਿੰਮਾ ਭਾਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ 100 ਰੁਪਇਆ ਸਪੈਸ਼ਲ ਤੌਰ ਤੇ ਨਾਮ ਦੇ ਕੇ ਗਏ ਨੇ ਤਹਿ ਦਿਲ ਸ਼ੁਕਰਗੁਜ਼ਾਰ ਕਰ ਨਾਲ ਦੇ ਨਾਲ ਨਕੋਦਰ ਤੋਂ ਆਓ ਜੀ ਭੰਗੜਾ ਗਰੁੱਪ ਨਕੋਦਰ।